ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਿਹੜੀ ਵੀਡੀਓ ਲੈ ਕੇ ਆਏ ਆਂ ਪੁਰਾਣੇ ਟਰੈਕਟਰਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਯੂਨੀਵਰਸਲ 445 ਮੇਡ ਇਨ ਰូមਾਨੀਆ 1978 ਮਾਡਲ ਟਰੈਕਟਰ ਹੈ ਜੀ ਇਹ ਇਸ ਵਕਤ ਆਪਾਂ ਬਾਪੂ ਜੀ ਹੁਣਾਂ ਕੋਲੇ ਖੜੇ ਆਂ ਇਹਨਾਂ ਦਾ ਟਰੈਕਟਰ ਹੈਗਾ ਵਾ ਤੇ ਕਾਫੀ ਟਾਈਮ ਦੱਸਦੇ ਆ ਵੀ ਪਹਿਲਾਂ ਖੜਾ ਰਿਆ ਉਸ ਤੋਂ ਬਾਅਦ ਫਿਰ ਦੁਬਾਰਾ ਇਸ ਨੂੰ ਮੋਡੀਫਾਈ ਕੀਤਾ ਤੇ ਪੇਂਟ ਇਹਦਾ ਜਿਹੜਾ ਵਾ ਪਹਿਲਾਂ ਰੈੱਡ ਕਲਰ ਚ ਆਉਂਦਾ ਸੀਗਾ ਪਰ ਬਾਈ ਹੁਣਾਂ ਨੇ ਇਹਨਾਂ ਨੇ ਬਾਪੂ ਹੁਣਾਂ ਨੇ ਇਹਨੂੰ ਸੰਤਰੀ ਜਿਹਾ ਕਰਤਾ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਤੇ ਇਹ ਕਿਹੜਾ ਮਾਡਲ ਡ੍ਰੈਕਟਰ ਹੈ ਜੀ ਆਪਣਾ 1970 ਹੈ ਜੀ ਅੱਛਾ ਜੀ ਤੇ ਇਹ ਤੁਸੀਂ ਕਿੰਨਾ ਕੁ ਟਾਈਮ ਪਹਿਲਾਂ ਖਰੀਦਿਆ ਸੀ ਜੀ ਇਹ ਕਿੰਨਾ ਵਾਂ ਖਰੀਦਿਆ ਸੀ ਨਹੀਂ ਜੀ ਅਸੀਂ 25 ਸਾਲ ਹੋ ਗਏ ਚੱਲਦਾ ਖਰੀਦਿਆ ਸੀ ਅੱਛਾ ਜੀ ਤੇ ਕਿੰਨਾ ਕੁ ਵਾਹਿਆ ਜੀ ਪਹਿਲਾਂ ਇਹ ਸ਼ੁਰੂ ਦੇ ਵਿੱਚ ਵਾਹਿਆ ਵਾਹਿਆ ਕੰਮ ਇਹ ਤੋਂ ਬਹੁਤ ਘੱਟ ਲਿਆ ਜੀ ਅਸੀਂ ਅੱਛਾ ਜੀ ਕੰਟਰੈਕਟਰ ਸਾਡੇ ਕੋਲੇ ਹੋਰ ਹੁੰਦੇ ਸੀ ਹਾਂਜੀ ਇਹ ਨਾਲ ਰੈਲੇ ਕੰਮ ਤੇ ਚੱਲਿਆ ਅੱਛਾ ਜੀ ਰੈਲੇ ਕੰਮ ਤੇ ਹੀ ਰੱਖਿਆ ਹਾਂਜੀ ਠੀਕ ਹੈ ਜੀ ਤੇ ਬਈ ਤੁਹਾਨੂੰ ਦਾ ਫਿਰ ਪਤਾ ਹੋਊਗਾ ਇਹਦਾ ਚੱਲਣ ਦਾ ਜਿਵੇਂ ਖਰਚੇ ਖਰਚੇ ਦਾ ਕਿਵੇਂ ਸੀਗਾ ਵੀ ਆਮ ਬਾਈ ਆਦੇ ਪੁਰਾਣੇ ਟਰੈਕਟਰ ਮਾਡਲਾਂ ਦੇ ਹਿਸਾਬ ਨਾਲ ਕਿਵੇਂ 3600 ਫੋਰਡ ਸੀਗੇ ਹਾਂਜੀ ਉਹਨਾਂ ਨਾਲ ਇਹਦਾ ਖਰਚਾ ਬਹੁਤ ਘੱਟ ਸੀਗਾ ਠੀਕ ਹੈ ਤਾਂ ਹੀ ਅਸੀਂ ਇਹਨੂੰ ਕਿਵੇਂ ਕਹਿੰਦੇ ਨੇ ਪੰਜਾਬੀ ਖਾਲੀ ਤੋਰੇ ਫੇਰੇ ਤੇ ਚਲਾਉਣਾ ਹਾਂਜੀ ਅਸੀਂ ਉਹਦੇ ਵਿੱਚ ਇਹਨੂੰ ਬੜਾ ਯੂਜ਼ ਕੀਤਾ ਕੰਮ ਵੀ ਬਹੁਤ ਲੈਣਿਆ ਖੇਤੀ ਦਾ ਵੀ ਮੰਨ ਕੇ ਚੱਲੋ ਨਾਰਮਲ ਟਰੈਕਟਰ ਨਾਲੋਂ ਵੱਧ ਲੈ ਲੈ ਲੈਣਿਆ ਕਿ ਦੌਰ ਜਾਨਾ ਚੱਲਦਾ ਠੀਕ ਹੈ ਜੀ ਖਰਚਾ ਸਾਨੂੰ ਘੱਟ ਲੱਗਿਆ ਜੀ ਦੂਸਰੀ ਇਹਦੀ ਚਲਾਈ ਸਾਨੂੰ ਵਧੀਆ ਲੱਗੀ ਠੀਕ ਹੈ ਰੱਖ ਲਓ ਵੀ ਮੈਸੀ ਦੇ ਬਰਾਬਰ ਆ ਚਲਾਈ ਮੈਸੀ ਦੇ ਬਰਾਬਰ ਹਾਂਜੀ ਉਹ ਵੈਸੇ ਵੀ ਰਹਿਲਾ ਵੀ ਬਹੁਤ ਆ ਜੇ ਚਲਾਂਜ ਦੇਖਿਆ ਜਾਵੇ ਹੁਣ ਚਲਾਇਆ ਸੀ ਤੇ ਰਹਿਲਾ ਵੀ ਬਹੁਤ ਆ ਹੈਨਾ ਰੱਖ ਲਓ ਜੀ ਇਹ ਪਾਵਰ ਸਟੀering ਨਹੀਂ ਹਾਂਜੀ ਪਰ ਫੇਰ ਵੀ ਅੱਜ ਦੇ ਵਕਤ ਤੇ ਪਾਵਰ ਸਟੀering ਨਾਲ ਤੁਸੀਂ ਚਲਾ ਕੇ ਦੇਖ ਲਓ ਵੱਧ ਰਹਿਲਾ ਹੈ ਵੱਧ ਰਹਿਲਾ ਤੇ ਬਾਈ ਜੀ ਮੇਰੇ ਹਿਸਾਬ ਨਾਲ ਆਪਣੇ ਤਾਂ ਹੁਣ ਕੋਈ ਟਰੈਕਟਰ ਰਹਿ ਹੀ ਨਹੀਂ ਗਿਆ ਹੁਣ ਕੋਈ ਇੱਕ ਜਿਵੇਂ ਤੁਹਾਡੇ ਕੋਲੇ ਪੀਸ ਆ ਹੋਰ ਇੱਕ ਦੋ ਪੀਸ ਹੋਣਗੇ ਪੰਜਾਬ ਦੇ ਵਿੱਚ ਮੇਰੇ ਹਿਸਾਬ ਨਾਲ ਬਾਕੀ ਤੁਹਾਨੂੰ ਪਤਾ ਹੋਊਗਾ ਜੇ ਤੁਸੀਂ ਦੇਖਿਆ ਹੋਵੇ ਹੋਰ ਕਿਤੇ ਅਸੀਂ ਤਾਂ ਜੀ ਸਿਰਫ ਤਾਈ ਜੀ ਵਰਗੇ ਦੱਸਦੇ ਸੀਗੇ ਕਿਉਂਕਿ ਇਹ ਪੁਰਾਣੇ ਬਜ਼ੁਰਗ ਹੈ ਸਾਡੇ ਹਾਂਜੀ ਇਹ ਦੱਸਦੇ ਸੀਗੇ ਵੀ ਆਪਣੇ ਤੇ ਟਰੈਕਟਰ ਸਿਰਫ ਤਿੰਨ ਸੀਗੇ ਅੱਛਾ ਜੀ ਕਿੰਨਾ ਦੇ ਵਿੱਚੋਂ ਸਾਡੇ ਕੋਲੇ ਹੈਗਾ ਹਾਂਜੀ ਬਾਕੀ ਸਾਰੇ ਕਿਸੇ ਨੇ ਕਿਵੇਂ ਗਾਂ ਪਸ਼ਾ ਵੇਚਤੇ ਜਾਂ ਕਿਤੇ ਵੀ ਵਟਸਵਟ ਕਰ ਲਈ ਚਲ ਗਏਗਾ ਚਲ ਗਏ ਜੀ ਤੇ ਬਾਪੂ ਘਾਟ ਹੀ ਆਏ ਸੀ ਟਰੈਕਟਰ ਫਿਰ ਪਹਿਲਾਂ ਹੀ ਹਾਂਜੀ ਅੱਛਾ ਜੀ ਪਹਿਨਾ ਆਏ ਤਾਂ ਸੀ ਟਰੈਕਟਰ ਹੈ ਹਾਂਜੀ ਪਰ ਲੋਕਾਂ ਨੇ ਲੈ ਨਹੀਂ ਉਹਦਾ ਪਸੰਦ ਨਹੀਂ ਕਰੇ ਅੱਛਾ ਜੀ ਇਹਦੇ ਰੂਟਰ ਪੰਪ ਸੀ ਠੀਕ ਹੈ ਉਹਦੇ ਕਾਰਨ ਲੋਕ ਡਰਦੇ ਸੀ ਹਾਂਜੀ ਵੀ ਇਹਦੀ ਹਵਾ ਕਿਵੇਂ ਨਿਕਲੂਗੀ ਹਾਂਜੀ ਤੇਲ ਕਿਵੇਂ ਜੇ ਮੁੱਕ ਜੇ ਕੀ ਹੋਊ ਹਾਂ 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 ਇਸ ਕਰਕੇ ਲੋਕਾਂ ਨੇ ਪਸੰਦ ਨਹੀਂ ਕਰੇ ਠੀਕ ਹੈ ਜੀ ਜਦੋਂ ਚੱਲੇ ਹਾਂਜੀ ਕੰਨ ਦੇਖਿਆ ਤਾਂ ਫੇਰ ਇਹ ਟਰੈਕਟਰ ਆਉਣੇ ਬੰਦ ਹੋ ਗਈ ਅੱਛਾ ਜੀ ਹਾਂਜੀ ਉਦੋਂ ਨੂੰ ਇਹ ਬੰਦ ਹੋ ਗਈ ਸੀ ਉਦੋਂ ਨੂੰ ਬੰਦ ਹੋ ਗਈ ਸੀ ਤੇ ਟਾਇਰਾਂ ਦਾ ਸਹਿਜ ਆਹੀ ਆਉਂਦਾ ਸੀ ਇਹਨਾਂ ਦਾ ਪਹਿਲਾਂ ਤੋਂ ਹੀ ਹਾਂਜੀ ਇਹੋ ਹੀ ਠੀਕ ਹੈ ਜੀ ਤੇ ਇਹਦੇ ਵਿੱਚ ਹੁਣ ਥੋੜਾ ਜਿਹਾ ਤੁਸੀਂ ਜਿਵੇਂ ਦੱਸਦੇ ਬਾਈ ਚੇਂਜ ਕੀਤੇ ਉਹ ਦੱਸ ਦਿਓ ਥੋੜਾ ਜਿਹਾ ਕਿ ਪਹਿਲਾਂ ਜਿਹੜਾ ਸਮਾਨ ਆਉਂਦਾ ਸੀ ਜਾਂ ਤੇ ਜਾਂ ਹੁਣ ਵਾਲਾ ਕਿਵੇਂ ਇੱਕ ਤਾਂ ਵੀਰ ਜੀ ਅਸੀਂ ਇਹਦੇ ਵਿੱਚ ਮੰਨ ਕੇ ਰੂਟਰ ਪੰਪ ਤੋਂ ਮੇਕੋ ਪੰਪ ਕੀਤਾ ਹਾਂਜੀ ਠੀਕ ਹੈ ਜੀ ਮੇਨ ਹਾਂਜੀ ਦੂਸਰਾ ਵੀ ਇਹਦੇ ਕਿਹੜੇ ਪਹਿਲਾਂ ਗੇਅਰ ਲੀਵਰ ਆਉਂਦੇ ਸੀਗੇ ਵੀ ਟਾਪਾ ਵਿੱਚ ਹੀ ਸੀ ਉਹਦੇ ਵਿੱਚ ਹਾਈ ਲੋ ਜਿਵੇਂ ਸਕਾਟ ਦਾ ਆਉਂਦਾ ਜੀ ਹਨਾ ਸਕਾਟ ਦਾ ਆਉਂਦਾ ਜੀ ਹਾਂ ਹੁਣ ਇਹਨੂੰ ਇਹਦੇ ਵਿੱਚ ਅਸੀਂ ਹਾਈ ਲੋ ਅਲੱਗ ਕਰਤਾ ਠੀਕ ਹੈ ਜੀ ਵੀ ਅਨਜਾਨ ਬੰਦਾ ਵੀ ਚਲਾ ਸਕਦਾ ਅੱਗੇ ਦੇ ਵਿੱਚ ਅਨਜਾਨ ਬੰਦਾ ਨਹੀਂ ਚਲਾ ਸਕਦਾ ਸੀਗਾ ਠੀਕ ਹੈ ਜੀ ਦੂਸਰੇ ਇਹਦੇ ਵਿੱਚ ਕਿਹੜੇ ਮੰਨ ਕੇ ਚਲੋ ਮੋਡੀਫਾਈ ਕੀਤਾ ਪੇਂਟ ਕੀਤਾ ਉਹ ਅਸੀਂ ਕੀਤਾ ਹੈ ਸੀਟ ਦਾ ਸਟੀਅਰਿੰਗ ਦਾ ਜੋ ਵੀ ਇਹਦੇ ਲਾਇਆ ਉਹ ਅਸੀਂ ਕੀਤਾ ਜੀ ਠੀਕ ਹੈ ਜੀ ਬਾਕੀ ਜੋ ਇਹਦੇ ਵਿੱਚ ਨਾਲ ਸਮਾਨ ਆ ਸਾਰਾ origignal ਹੈ ਜਿਵੇਂ ਇਹ ਮਡਗਾਰਡ ਦੇ ਆਰੀਜੀਨਲ ਹੀ ਆ ਇਹ ਨਾਲ ਦੇ ਜੀ ਹਾਂਜੀ ਹਾਂਜੀ ਸਾਰਾ ਮੋਟਾ ਲੋਹਾ ਲੱਗਾ ਹੈ ਵੀ ਪੂਰਾ ਹਾਂਜੀ ਹਾਂਜੀ ਨਾਲ ਅਸੀਂ ਕੱਲੇ ਪੇਂਟ ਕੀਤੇ ਹੈ ਅੱਛਾ ਜੀ ਹਾਂ ਬਸ ਇੱਕ ਇਹ ਸੀ ਇੰਡੀਕੇਟਰ ਜ਼ਰੂਰ ਆਦੀ ਪਸੰਦ ਦੇ ਬਾਅਦ ਚ ਲਾਇਆ ਹੈ ਹਾਂਜੀ ਬਾਕੀ ਰਿੰਮ ਲੈਂਕਾ ਦੇਖ ਲਓ ਜੀ ਹੁੱਕ ਦੇਖ ਲਓ ਹਾਂਜੀ ਆ ਪੀਟੀਓ ਹਾਂਜੀ ਠੀਕ ਹੈ ਜੀ ਆ ਆਪਣੀ ਲਿਫਟ ਦਾ ਜੋ ਵੀ ਪ੍ਰੋਗਰਾਮ ਹੈ ਇਹਦੇ ਵਿੱਚ ਅਸੀਂ ਇੱਕ ਪਾਈਪ ਜ਼ਰੂਰ ਲਾਈਏ ਟਰਾਲੀ ਦੇ ਤੌਰ ਤੇ ਇੱਕ ਬਸ ਆ ਠੀਕ ਹੈ ਹੋਰ ਸਾਰਾ ਨਾਲ ਲਈ ਇੱਕ ਇਹਦਾ ਜਿਹੜਾ ਕੰਟਰੋਲਰ ਇਹ ਬਹੁਤ ਵਧੀਆ ਆਉਂਦਾ ਜੀ ਇਹਨਾਂ ਕਾਫੀ ਟਰੈਕਟਰਾਂ ਚ ਪ੍ਰਾਣਿਆ ਚ ਆਇਆ ਹੈ ਨਾ ਕਮਾਨੀਆਂ ਦੀ ਇਹਦੀ ਕਾਪੀ 3630 ਹੈ ਜੀ ਅੱਛਾ ਜੀ ਜਿਹੜਾ 3630 ਹੁਣ ਆ ਰਿਹਾ ਹੈ ਹਾਂਜੀ ਉਹ 3630 ਦੇ ਆਈ ਲਿਫਟ ਹੈ ਜੀ ਅੱਛਾ ਜੀ ਤੇ 3630 ਦੇ ਲਗਭਗ 80% ਪਾਰਟ ਆ ਹਾਂਜੀ ਯੂਨੀਵਰਸਲ ਦੇ ਪਾਰਟ 3630 ਦੇ ਵਿੱਚ ਪਾਈ ਜਾਂਦੇ ਮਿਲਦੇ ਜੀ अच्छा जी हां जी 80% जो मर्जी यदि ਤੁਸੀਂ ਲੈਪਟਾਪਾਂ ਜਾਂ ਕੋਈ ਵੀ ਚੀਜ਼ ਦੀ ਲੈਣੀ ਹੋ ਤੇ ਇਹਦਾ 363 ਦੇ ਵਿੱਚ ਪਾਇਆ ਜਾਂਦਾ ਇਹਦੀ ਕਾਪੀ ਆ ਠੀਕ ਹੈ ਜੀ ਇਹ ਯੂਨੀਵਰਸਲ ਫਿਰ ਥੋੜਾ ਟਾਈਮ ਹੀ ਚੱਲੇ ਸੀ ਟਰੈਕਟਰ ਹਨਾ ਜੀ ਬਈ ਜ਼ਿਆਦਾ ਟਾਈਮ ਤਾਂ ਨਹੀਂ ਨਾ ਜੀ ਆਏ ਇਹ ਹਨਾ ਨਹੀਂ ਥੋੜਾ ਟਾਈਮ ਆਇਆ ਜੀ ਇੱਕੇ ਦੇ ਵਿੱਚ ਇਹ ਸੀਗਾ ਵੀ ਕਿਦੋਂ ਟਰੈਕਟਰ ਉਹਦੇ ਮਾਰਕੀਟ ਦੇ ਵਿੱਚ ਆਏ ਹਾਂਜੀ ਇੱਕ ਤਾਂ ਅੰਕਲ ਜੀ ਨੇ ਦੱਸਿਆ ਇਹ ਤੁਹਾਨੂੰ ਵੀ ਪੰਪ ਦੀ ਸੀਗੀ ਹਾਂਜੀ ਇੱਕ ਉਸ ਟਾਈਮ ਸਾਦੀ ਲਿਵਟ ਦੇ ਵਿੱਚ ਆਏ ਕਿਦੋਂ ਅੱਛਾ ਜੀ ਤੇ ਇਹ ਆਹ ਲੋਕਾਂ ਨੂੰ ਸਮਝ ਨਹੀਂ ਆਈ ਇਹਦੀ ਬਾਹਰ ਦਾ ਟਰੈਕਟਰ ਕਰਕੇ ਅੱਛਾ ਜੀ ਕਿਹੜਾ ਬੰਦੇ ਨੇ ਇਹਦੀ ਸਮਝ ਆ ਗਈ ਉਹਨੇ ਨਹੀਂ ਵੇਚਿਆ ਠੀਕ ਹੈ ਕਿਉਂਕਿ ਇਹਦੀ ਲਾਈਫ ਹੈ ਕਿਉਂਕਿ ਕਿੰਨਾ ਟਾਈਮ ਪੁਰਾਣਾ ਟਰੈਕਟਰ ਹੈ ਹਾਂਜੀ ਇੱਕ ਵਾਰੀ ਬਸ ਮੰਨ ਕੇ ਰੱਖ ਲਓ ਵੀ ਇਹਦੇ ਅਸੀਂ ਇੰਜਨ ਦਾ ਪ੍ਰੋਪਰ ਕੰਮ ਨਹੀਂ ਇਹ ਰੰਗ ਰੂਗਾ ਹਾਂਜੀ ਕੱਲਾ ਉੱਪਰ ਲਾ ਉੱਪਰਲਾ ਕੰਮ ਹੋਇਆ ਹੋਰ ਮੰਨ ਕੇ ਚਲੋ ਇਹਦਾ ਕੋਈ ਵੀ ਪੋਜਾ ਵੀ ਨਹੀਂ ਆਇਆ ਨਹੀਂ ਤੇ ਪੰਪ ਇਹਦਾ ਉਦੋਂ ਹੀ ਬਾਹਰ ਆਉਂਦਾ ਸੀ ਯਾਰ ਲੈਫਟ ਪੰਪ ਜੀ ਨਹੀਂ ਉਦੋਂ ਇਹਦੇ ਇਧਰਲੀ ਸਾਈਡ ਉਰਲੀ ਸਾਈਡ ਆਉਂਦਾ ਸੀਗਾ ਅੱਛਾ ਜੀ ਇਹ ਬਾਅਦ ਚ ਅਸੀਂ ਬਾਹਰ ਲਾ ਫਿਰ ਤੁਸੀਂ ਲਾਤਾ ਬਾਹਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਜਿਹੜਾ ਲੈਫਟ ਆ ਜਿਹੜਾ ਵੇ ਟਾਪਾ ਉਹੀ ਆ origianal ਹੀ ਹੈ ਨਾ ਹਾਂਜੀ 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 ਠੀਕ ਹੈ ਤੇ ਆ ਹੈਂਡ ਬ੍ਰੇਕ ਵਗੈਰਾ ਇਹ ਉਦੋਂ ਆਉਂਦੇ ਸੀ ਕਿ ਆ ਬਾਦ ਸਾਰੇ ਨਾਲ ਦੀ ਹੈ ਜੀ ਉਹ ਅੱਛਾ ਜੀ ਯਾਨੀ ਕਿ ਕਾਫੀ ਫੇਰ ਵੀ ਜੇ ਤੁਸੀਂ ਹੁਣ ਕਿਗੇ ਵੀ ਆਪਾਂ ਮੋਡੀਫਾਈ ਵੀ ਕਰਤਾ ਕਾਫੀ ਚੀਜ਼ਾਂ ਇਹਦੀਆਂ ਐਵੀਆਂ ਜਿਹੜੀਆਂ origianal ਹੀ ਪਈਆਂ ਹਨਾ ਹਾਂਜੀ ਹਾਂਜੀ ਬਸ ਸਾਡੇ ਵੱਲੋਂ ਤਾਂ ਪੰਪ ਤੇ ਗੇਅਰ ਟਾਪਾ ਠੀਕ ਹੈ ਜੀ ਤੇ ਜਾਂ ਪੇਂਟ ਠੀਕ ਹੈ ਬਾਕੀ ਸਾਰੀਆਂ ਇਹਦੀਆਂ ਜੋ ਰੱਖ ਲਓ ਸੈਲਫ ਹੋ ਗਿਆ ਹਾਂਜੀ ਜਾਂ ਮੰਨ ਕੇ ਰੈਡੀ ਰੀਟਰ ਰੱਖ ਲਓ ਮੀਣਾ ਵਿਲੈਂਗ ਪਿਛਲੀ ਲੈਫਟ ਹੋ ਗਈ ਰਮਗਾਟ ਹੋ ਗਏ ਛੋਹ ਹੋ ਗਈ ਇਹ ਸਾਰੀਆਂ ਚੀਜ਼ਾਂ ਦੀਆਂ ਨਾਲ ਦੀਆਂ ਨੇ ਠੀਕ ਹੈ ਇੱਕ ਕਾ ਲੀਵਰ ਕਾਦਾ ਜੀ ਆ ਪਤਾ ਤੁਹਾਨੂੰ ਇਹ ਪੀਟੀਓ ਹੈ ਅੱਛਾ ਇਹ ਪੀਟੀਓ ਆ ਹਾਂਜੀ ਇਹ ਪੀਟੀਓ ਦਾ ਲੀਵਰ ਹੈ ਜੀ ਇਹਦਾ ਅੱਛਾ ਜੀ ਆ ਹੈਂਡ ਬ੍ਰੇਕ ਆਗੇ ਜੀ ਹਾਂਜੀ ਇਹਦੇ ਆਹ ਦਾ ਲੀਫਟ ਵਾਲਾ ਲੀਵਰ ਆਗੇ ਜੀ ਹਾਂਜੀ ਠੀਕ ਹੈ ਜੀ ਆ ਇਹਦੇ ਥੱਲੇ ਲੌਕ ਕਰਨ ਵਾਲਾ ਛੋਟਾ ਲੀਵਰ ਆ ਜੀ ਥੱਲੇ ਅੱਛਾ ਜੀ ਇੱਥੇ ਛੋਟਾ ਲੀਵਰ ਲੌਕ ਕਰਕੇ ਲੈਫਟ ਚੱਕ ਕੇ ਠਲਣਾ ਦੂਸਰਾ ਇਹ ਨਾਰਮਲ ਕਿਵੇਂ ਬ੍ਰੇਕ ਆ ਗਏ ਕਲੱਚ ਆ ਗਿਆ ਹਾਂ ਹਾਂ ਯਾਰ ਇਸ ਸਾਰਾ ਸਸਤ ਜਿਹੜੇ ਜਿਹੜੇ ਆ ਬ੍ਰੇਕਾਂ ਦੇ ਪੈਡ ਲਾਏ ਆ ਏ ओरिजिनल ਨਾਲ ਦੇ ਆ ਜੀ ਨਾਲ ਦੇ ਜੀ ਅੱਛਾ ਜੀ ਸਭ ਕੁਝ ਸਿਰਫ ਇੱਕ ਸਟੀering ਬਦਲਿਆ ਜਾਂ ਮੀਟਰ ਦਾ ਮਾੜਾ ਮੋਟਾ ਇੱਥੇ ਕੰਮ ਕਰਤਾ ਹਨਾ ਜਾਂ ਇੱਕ ਸ਼ੀਟ ਬਦਲਤੀ ਹਾਂਜੀ ਹਾਂਜੀ ਵੀ ਥੋੜਾ ਥੋੜਾ ਸਮਾਨਤਾ ਇੰਨਾ ਤਾਂ ਚਲੋ ਅੱਜ ਨਵੇਂ ਟ੍ਰੈਂਡ ਦੇ ਹਿਸਾਬ ਨਾਲ ਵੀ ਆਪਾਂ ਮੋਡੀਫਾਈ ਕਰਦੇ ਆ ਹਾਂਜੀ ਕਿੰਨਾ ਕ ਸਾਨੂੰ ਲੱਗਿਆ ਵੀ ਇਹ ਜਾਇਜ਼ ਐ ਇੰਨਾ ਆਪਾਂ ਨੂੰ ਸੋਹਣਾ ਲੱਗਦਾ ਉਹ ਨਹੀਂ ਇਸ ਚੇਂਜ ਕੀਤਾ ਬਾਕੀ ਸਾਰਾ ओरिजिनल ਰੱਖਿਆ ਠੀਕ ਐ ਜੀ ਠੀਕ ਐ ਤੇ ਇੱਕ ਵਾਰੀ ਨੂੰ ਕਰੋਂਗੇ ਸਟ ਆ ਟਰੈਕਟਰ ਆ ਦੋਸਤੋ ਬਹੁਤ ਘੱਟ ਦੇਖਣ ਨੂੰ ਮਿਲਿਆ ਹੋਊਗਾ ਕਰ ਲਓ ਬੰਦ ਸਲਾਂ ਸਰ ਇਹਦੇ ਫਿਰ ਤੁਸੀਂ ਮੈਸੀ ਵਾਲਾ ਲਾਤਾ ਹੈ ਨਾ ਜੀ ਹਾਂਜੀ ਤੇ ਜਿਹੜੀ ਇਹ ਛਤਰੀਏ ਪਹਿਲਾਂ ਆਉਂਦੀ ਸੀ ਕਿ ਲਾਈ ਹੈ ਵੀ ਬਣਾਵ ਦੀ ਤਿਆਰ ਲਿਆ ਕਰਕੇ ਲਾਈ ਹੈ ਅਛਾ ਇਹ ਵੀ ਤਿਆਰ ਕਰਕੇ ਲਾਈ ਹੈ ਠੀਕ ਆ ਠੀਕ ਹੈ ਜੀ ਠੀਕ ਆ ਤੇ ਬਾਈ ਬਹੁਤ ਧੰਨਵਾਦ ਤੁਹਾਡਾ ਜੀ ਜਾਣਕਾਰੀ ਦੇਣ ਨੂੰ ਕੋਈ ਗੱਲ ਨਹੀਂ ਥੈਂਕ ਯੂ ਬਾਪੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਟਰੈਕਟਰ ਬਾਰੇ ਜਾਣਕਾਰੀ ਦਿੱਤੀ ਹਾਂਜੀ ਧੰਨਵਾਦ ਜੀ ਧੰਨਵਾਦ ਭਾਈ ਤੁਹਾਡਾ ਵੀ ਹਾਂਜੀ ਜਰੂਰ ਜਿੰਨੇ ਜਾਣਕਾਰੀ ਸਾਨੂੰ ਸੀਗੇ ਸੀ ਦੇਤੀ ਦੇਤੀ ਬਿਲਕੁਲ ਜੀ ਸਹੀ ਗੱਲ ਆ ਜੀ ਤੇ ਦੋਸਤੋ 35 ਸਾਲ ਚਲਾਇਆ ਹਾਂਜੀ 30 ਸਾਲ ਤੋਂ ਜੋ ਜਾਣਕਾਰੀ ਸਾਨੂੰ ਸੀ ਨੇ ਹਾਂਜੀ ਅਸੀਂ ਤੁਹਾਨੂੰ ਦੇ ਦਿੱਤੀ ਠੀਕ ਹੈ ਜੀ ਠੀਕ ਹੈ ਤੇ ਦੋਸਤੋ ਵੀਡੀਓ ਕੈਹੋ ਜੀ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ